ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਮੈਂ ਵੀ ਠੀਕ ਠਾਕ ਹਾਂ ਜੀ। ਬੜੇ ਦਿਨ ਹੋ ਗਏ ਵੀਡੀਓ ਨਹੀਂ ਬਣਾਈ, ਤਾਂ ਅੱਜ ਵੀਡੀਓ ਬਣਾਉਣ ਲੱਗੇ ਹਾਂ ਕਿਉਂਕਿ ਟਾਈਮ ਨਹੀਂ ਲੱਗਿਆ, ਮਿਸਤਰੀ ਲੱਗਿਆ ਹੋਇਆ ਸੀ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੁੰਦੀ ਹੈ, ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਬੈਲ ਦੇ ਆਈਕਨ ਨੂੰ ਦੱਬ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਅਤੇ ਅੱਜ ਦੀ ਵੀਡੀਓ ਵਿੱਚ ਮੈਂ ਦਿਖਾਊਂਗਾ ਮੇਰੇ ਆਪਣੇ ਆਪ, ਤੁਸੀਂ ਦੇਖ ਸਕਦੇ ਹੋ, ਪਸ਼ੂਆਂ ਵਾਲਾ ਪਾਇਆ ਸੀ ਬਰਾਂਡਾ, ਅਤੇ ਇਹਦਾ ਆਪਣਾ ਕੀ ਕੰਮ ਹੋ ਗਿਆ ਅਤੇ ਕੀ ਰਹਿ ਗਿਆ ਉਹ ਅੱਜ ਮੈਂ ਦਿਖਾਊਂਗਾ ਤੁਹਾਨੂੰ ਉਸ ਵੀਡੀਓ ਦੇ ਵਿੱਚ। ਕਰਦੇ ਵੀਡੀਓ ਸ਼ੁਰੂ, ਤੁਸੀਂ ਬਸ ਲਾਈਕ ਪਹਿਲੇ 'ਚ ਕਰ ਦਿਓ ਅਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ। ਆਹ ਦੇਖੋ ਜੀ, ਕੰਮ ਦਿਖਾਉਣ ਲੱਗਿਆ ਤੁਹਾਨੂੰ ਮੈਂ। ਪਿਛਲੀ ਵੀਡੀਓ ਵਿੱਚ ਦੇਖਿਆ ਸੀ ਇਹ ਛੱਤ ਪੈ ਗਈ ਸੀ, ਅਤੇ ਹੁਣ ਬਾਹਰ ਮਿੱਟੀ ਵੀ ਸਟਾ ਦੀ ਹੈ ਦੇਖੋ, ਅਤੇ ਇੱਧਰ ਬਾਹਰ ਖੁਰਨੀ ਬਣ ਗਈ ਆ, ਅਤੇ ਅੰਦਰ ਵੀ ਮਿੱਟੀ ਪਾ ਦੀ, ਅੰਦਰਲੀ ਖੁਰਨੀ 'ਚ ਮਿੱਟੀ ਪੈ ਗਈ, ਅੰਦਰ ਖੁਰਨੀ ਬਣ ਗਈ ਹੈ। ਅਤੇ ਕੱਲ੍ਹ ਆਪ ਵੀ ਨਾਲ ਲੱਗੇ ਸੀ ਮਿਸਤਰੀ ਦੇ, ਅਤੇ ਟੀਪ ਸ਼ੁਰੂ ਕਰਤੀ ਹੈ, ਉੱਧਰ ਦੋ ਰਾਟਾਂ ਟੀਪ ਕਰਤੀਆਂ, ਉਹ ਕੰਧ ਕਰਤੀ, ਇੱਕ ਕੰਧ ਵਿਚਾਲੇ ਕੱਢਤੀ, ਇੱਧਰ ਪਸ਼ੂਆਂ ਵਾਲਾ ਰਹਿ ਗਿਆ, ਉੱਧਰ ਇੱਕ ਸਟੋਰ ਬਣ ਗਿਆ ਪਰਲੀ ਸਾਈਡ। ਬਾਹਰੀ ਸਾਈਡ ਨੂੰ ਜਾ ਕੇ ਦਿਖਾਉਣਾ, ਅਤੇ ਅੱਜ ਆਪਾਂ ਕਰਾਹੇ ਨਾਲ ਮਿੱਟੀ ਵੀ ਸੈਟਿੰਗ ਕਰਾਂਗੇ, ਤੁਹਾਨੂੰ ਬਾਹਰਲੀ ਸਾਈਡ ਜਾ ਕੇ ਦਿਖਾਉਣਾ। ਆਹ ਦੇਖੋ ਜੀ, ਆਹ ਕਮਰਾ ਬਣ ਗਿਆ, ਇੱਥੇ ਟੀਪ ਹੋ ਗਿਆ, ਉੱਧਰ ਅੱਜ ਪੈਡ ਕਰ ਲਈਏ, ਕੱਲ੍ਹ ਹੱਥ ਨੇ ਉਹ ਕੰਮ ਕਰਿਆ ਸੀ ਉਹਨਾਂ ਕੋ, ਅਤੇ ਅੱਜ ਸ਼ਾਇਦ ਥੋੜ੍ਹਾ ਮੋਟਾ ਰਹਿ ਜੂਗਾ ਅੰਦਰੋਂ, ਅੰਦਰੋਂ ਥੋੜ੍ਹਾ ਮੋਟਾ ਹੀ ਬਾਕੀ ਰਹਿਣਾ ਚਾਹੀਦਾ, ਸਾਰਾ ਮੇਰੇ ਖਿਆਲ ਦੇ ਵਿੱਚ ਹੋ ਜੂਗਾ, ਕਿਉਂਕਿ ਮੈਂ ਵੀ ਅੱਜ ਨਾਲ ਲੱਗੂੰਗਾ ਕੱਲ੍ਹ, ਮੈਥੋਂ ਨਹੀਂ ਲੱਗੇਗਾ ਕਿਉਂਕਿ ਮੈਂ ਮੋਟਰਾਂ 'ਤੇ ਗਿਆ ਸੀ। ਇੱਧਰ ਜੋ ਆਪਣੀਆਂ ਬਰਕੈਨਾਂ ਲੱਗੀਆਂ ਸੀ ਉਹ ਹੋਰ ਨੀਵੀਆਂ ਹੋ ਜਾਣੀਆਂ ਕਿਉਂਕਿ ਇੱਥੇ ਭਾਰਤ ਆ ਜੂਗੀ, ਪਹਿਲਾਂ ਲੱਗਦਾ ਵਾਹਵਾ ਹੋ ਗਿਆ, ਅਤੇ ਹੁਣ ਕਿਉਂਕਿ 2 ਫੁੱਟ ਭਾਰਤ ਆ ਜਾਣੀ, 2 ਫੁੱਟ ਹੋਰ ਇਹ ਧਰਤੀ 'ਚ ਗੱਡੀਆਂ ਜਾਣਗੀਆਂ। ਅੱਜ ਨਾਲ ਲੱਗਣਾ ਪਊਗਾ ਮਿਸਤਰੀ ਦੇ, ਕਿਉਂਕਿ ਮਿਸਤਰੀ ਕਹਿੰਦਾ ਵੀ 2 ਦਿਨ ਹੀ ਆਪਾਂ ਲਾਵਾਂਗੇ, ਅਤੇ ਕੰਮ ਆਪਣੇ ਕੋਲ ਕੀ ਬਾਕੀ ਉਹ ਤੁਹਾਨੂੰ ਦਿਖਾਉਣਾ। ਇੱਕ ਤਾਂ ਟੀਪ ਬਾਕੀ ਆ, ਆਹ ਕਰਨੀ ਟੀਪ, ਬਾਹਰਲੀ ਸਾਈਡ ਆਪਾਂ ਪਲਾਸਤਰ ਨਹੀਂ ਕਰਦੇ। ਆਹ ਦੇਖੋ ਆਹ ਸਾਈਡ ਆ, ਇੱਥੇ ਨਾ ਟੀਪ ਕਰਕੇ ਨਾ ਆਪਾਂ ਪਲਾਸਤਰ ਕਰਕੇ, ਅਤੇ ਆਹ ਕੰਧ ਦੇ ਉੱਤੇ 4 ਤਰਪਾਈ ਪਰਦੇ ਲਾਉਣੇ ਆ, ਕਿਉਂਕਿ ਆਹ ਕੰਧ ਉੱਤੇ ਅਤੇ ਇੱਥੇ ਪਸ਼ੂ ਬੰਨਿਆ ਕਰਾਂਗੇ, ਜਾਂ ਸ਼ਾਮ ਦਾ ਨੀਰਾ ਚਾਰਾ ਪਾਇਆ ਕਰਨਾ, ਅਤੇ ਇੱਥੇ ਧੁੱਪ ਆਉਂਦੀ ਹੈ ਥੋੜ੍ਹਾ ਉੱਚੇ ਕਰ ਦਿਆਂਗੇ, ਅਤੇ ਇੱਥੇ ਥੋੜ੍ਹੀ ਛਾਂ ਲੱਗ ਜੂ, ਅਤੇ ਪਸ਼ੂ ਆਰਾਮ ਨਾਲ ਖੜ੍ਹੇ ਰਿਹਾ ਕਰਨਗੇ। ਇਹਦੇ ਗੇੜੇ ਦੇਣੇ ਆ 4-5, ਅਤੇ ਉਹ ਪਸ਼ੂਆਂ ਵਾਸਤੇ ਪਾਣੀ ਵਾਸਤੇ ਖੇਲ ਬਣ ਗਏ ਉਹ ਪਰਲੀ ਸਾਈਡ। ਅੱਜ ਆਹ ਕਰਨਾ ਨਾਲ ਲੱਗ ਕੇ ਮਿਸਤਰੀ ਦੇ, ਆਪਾਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਆਪਾਂ ਤੋਂ ਹੋਇਆ। ਕੱਲ੍ਹ ਅਸੀਂ ਕਰਿਆ ਸੀ ਕੰਮ, ਉਹ ਪਰਲੀ ਡਾੜ 'ਤੇ ਮਿਸਤਰੀ ਲੱਗਿਆ ਸੀ ਸ਼ਾਮ ਨੂੰ, ਇੱਧਰ ਮੈਂ ਲੱਗਿਆ ਸੀ, ਮੈਂ ਇੰਨਾ ਕੁ ਟੋਟਾ ਕਰਤਾ ਸੀ ਮਿਸਤਰੀ ਨੇ ਬਰਾਬਰ ਹੀ ਸ਼ਾਮ ਨੂੰ ਕੰਮ ਕਰਤਾ ਸੀਗਾ। ਅੱਜ ਮਿਸਤਰੀ ਜੀ ਬਸ ਆਉਣ ਵਾਲੇ ਆ, ਉਸ ਤੋਂ ਪਹਿਲਾਂ ਅਸੀਂ ਕਰਾਹੇ ਨਾਲ ਮਿੱਟੀ ਕਢਾਉਣੀ ਆ, ਪਹਿਲਾਂ ਪਾ ਕੇ ਲੈ ਕੇ ਉਹਨੇ ਕਰਾਹਾ ਮਿੱਟੀ ਸੈਟਿੰਗ ਕਰਕੇ, ਉਸ ਤੋਂ ਬਾਅਦ ਮਿਸਤਰੀ ਨਾਲ ਕੰਮ ਕਰਾਵਾਂਗੇ। ਅਤੇ ਤੁਹਾਨੂੰ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਕੇ, ਸ਼ੇਅਰ ਕਰਕੇ, ਕਮੈਂਟ ਕਰਕੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਦੱਸ ਦਿਓ ਜੀ। ਅਤੇ ਫਰੰਟ ਤੋਂ ਤੁਹਾਨੂੰ ਸਾਰਾ ਮੈਂ ਦਿਖਾਉਣਾ ਕਿਵੇਂ ਬਣਿਆ ਆਪਣਾ ਘਰ। ਆ ਦੇਖੋ ਜੀ, ਇਸ ਤਰੀਕੇ ਦਾ ਬਣ ਗਿਆ, ਪਰਲੀ ਸਾਈਡ ਬਣ ਗਿਆ ਕਮਰਾ, ਆਹ ਪਸ਼ੂਆਂ ਵਾਸਤੇ ਆ ਗਿਆ, ਇੱਧਰ ਖੁਰਨੀਆਂ ਆ ਗਈਆਂ, ਆਹ ਆ ਗਈ ਪਸ਼ੂਆਂ ਵਾਸਤੇ ਪਾਣੀ ਵਾਸਤੇ ਖੇਡ। ਇੱਥੇ ਆਪਾਂ ਆਹ ਜਗ੍ਹਾ 'ਤੇ ਲਾ ਲਾਂਗੇ ਜੋ ਬੰਬੀ ਆਪਣੀ ਮੋਟਰ ਹੁੰਦੀ ਹੈ, ਇੱਧਰ ਆਪਣੀ ਮੇਨ ਲਾਈਟ ਆ ਗਈ, ਪਿੱਛੇ ਖੰਭੇ 'ਤੇ ਮੀਟਰ ਲੱਗਿਆ ਹੋਇਆ। ਅਤੇ ਵੀਡੀਓ ਬਸ ਬਣਦੀ ਨਹੀਂ ਆਪਾਂ ਤੋਂ, ਕਿਉਂਕਿ ਮਿਸਤਰੀ ਦੇ ਨਾਲ ਹੁੰਦੇ ਹਾਂ, ਅਤੇ ਬਣਾਈਏ ਵੀ ਕੀ, ਜੀ ਜਾ ਵੀ ਨਹੀਂ ਕਰਦਾ ਵੀ ਕੀ ਬਣਾਈਏ, ਕਿਉਂਕਿ ਨਾ ਸਬਸਕ੍ਰਾਈਬਰ ਵੱਧਦੇ ਆ ਅਤੇ ਨਾ ਹੀ ਆਪਣੇ ਵਿਊ ਆਉਂਦੇ ਆ। ਫਿਰ ਵੀ ਮੈਂ ਲੱਗਿਆ ਪਿਆ, ਚਲੋ ਵੀ ਬਣਾ ਦਿੰਦੇ ਹਾਂ ਵੀਡੀਓ ਦਾ ਕੀ ਹੈ। ਅਤੇ ਪਲੀਜ਼ ਆ, ਜਿਹਦੇ ਕੋਲ ਵੀ ਨੋਟੀਫਿਕੇਸ਼ਨ ਜਾਂਦਾ, ਅਤੇ ਵੀਡੀਓ ਜ਼ਰੂਰ ਦੇਖ ਕੇ ਅਤੇ ਚੈਨਲ ਸਬਸਕ੍ਰਾਈਬ ਕਰਦੇ ਕਰੋ। ਅਤੇ ਕਰਦੇ ਹਾਂ ਮਿਸਤਰੀ ਦਾ ਵੇਟ, ਉਸ ਤੋਂ ਪਹਿਲਾਂ ਕਰਦੇ ਹਾਂ ਮਿੱਟੀ ਸਾਫ, ਇਹ ਵੀ ਤੁਹਾਨੂੰ ਦਿਖਾਊਂਗਾ। ਲਓ ਜੀ, ਮਿਸਤਰੀ ਦੇ ਆਉਣ ਤੋਂ ਪਹਿਲਾਂ ਵਾਲਾ ਜੋ ਕੰਮ ਆ ਟਰਾਈ ਦਾ, ਅੱਧਾ ਪੌਣਾ ਘੰਟਾ ਹੋ ਗਿਆ, ਹਜੇ ਸਿੱਟਾਂ ਨੂੰ ਕੋਈ ਪਤਾ ਨਹੀਂ ਲੱਗਿਆ। ਕੱਲ੍ਹ ਤਾਰ ਘੱਟ ਹੁੰਦਾ, ਮਿਸਤਰੀ ਨੇ ਆਖਿਆ ਸੀ
ਠੀਕ ਨਹੀਂ ਤਾਂ ਘੱਟ ਹੋਈ ਹੈ ਕਹਿੰਦਾ ਵਿਸਤਾਰ ਜ਼ਰੂਰੀ ਹੈ ਇਸ ਕਰਕੇ ਅੱਧਾ ਘੰਟਾ ਹੋ ਗਿਆ ਦੇਖੋ ਲੱਗੇ ਹੋਏ ਹਾਂ ਟਰਾਈ ਕਰਨ ਹਜੇ ਤੁਹਾਨੂੰ ਦੇਖੋ ਕੋਈ ਪਤਾ ਨਹੀਂ ਲੱਗਿਆ ਮਿਸਤਰੀ ਆਉਣ ਦਾ ਵੀ ਸਮਾਂ ਹੋ ਗਿਆ ਹਟਣਾ ਪਊ ਆਪਾਂ ਨੂੰ ਅੱਜ ਆਪਾਂ ਵੀ ਠੀਕ ਕਰਾਂਗੇ ਤੁਹਾਨੂੰ ਵੀ ਦਿਖਾਵਾਂਗੇ ਲਓ ਜੀ ਦਿਨੇ ਆਪਾਂ ਤੋਂ ਆ ਹੀ ਜਾਣੀ ਤਾਂ ਦੇਖੋ ਮੋਟਰ ਦਿਨੇ ਸੈੱਟ ਕਰ ਗਏ ਸੀ ਅਤੇ ਹੁਣ ਚਲਾ ਕੇ ਦੇਖੀਏ ਹੁਣ ਲੈਣ ਆਉਂਦਾ ਇਹਦੀ ਮੋਟਰ ਹੈ ਮਲਕਪੁਰੇ ਪਿੰਡ ਤੋਂ ਲਓ ਜੀ ਬਾਹਰ ਆ ਰਿਹਾ ਮੀਂਹ ਤੁਸੀਂ ਮੌਸਮ ਦੇਖ ਕਰ ਸਕਦੇ ਹੋ ਅਤੇ ਮੀਂਹ ਦਾ ਪਾਣੀ ਖੜ੍ਹਾ ਅਤੇ ਅੱਜ ਆਪਣਾ ਮਿਸਤਰੀ ਵੀ ਲੱਗਿਆ ਹੋਇਆ ਸੀ ਸੀਗਾ ਅੱਜ ਵੀ ਨਿਬੜ ਜੂਗਾ ਕੰਮ ਪਰ ਮੈਨੂੰ ਲੱਗਦਾ ਅੱਜ ਨਹੀਂ ਨਿਬੜਨਾ ਕਿਉਂਕਿ ਇੱਕ ਤਾਂ ਕੰਧ ਦੇ ਉੱਤੇ ਉਹ ਜਿਹੜੀ ਆਪਣੀ ਕੰਧ ਹੈ ਉਹ ਕੰਧ ਪਸ਼ੂਆਂ ਵਾਲੀ ਉਸ 'ਤੇ ਰਦੇ ਲਾਉਣੇ ਇੱਟਾਂ ਦੇ ਅਤੇ ਇੱਕ ਰਹਿ ਗਈ ਖੁਰਨੀ ਵਿੱਚੋਂ ਇੱਕ ਤਾਂ ਲਾ ਕੇ ਅੰਦਰ ਹੀ ਖੁਰਨੀ ਦੇ ਬਾਹਰ ਰਹਿ ਗਈ ਫਰਕ ਲਾਉਣ ਵਾਲੀ ਅਤੇ ਉਹ ਰਹਿ ਗਿਆ ਤੁਹਾਨੂੰ ਮੈਂ ਦਿਖਾਉਣਾ ਕੀ ਕੰਮ ਹੋ ਗਿਆ ਜਾ ਕੇ ਅਤੇ ਫਿਲਹਾਲ ਮਿਸਤਰੀ ਬੈਠਾ ਹੋਇਆ ਚਾਹ ਪੀਣ ਤੋਂ ਬਾਅਦ ਦੇਖਦੇ ਹਾਂ ਵੀ ਜੇ ਮੀਂਹ ਆ ਗਿਆ ਤਾਂ ਠੀਕ ਹੈ ਨਾ ਆਇਆ ਤਾਂ ਕੰਮ ਚਲਾਵਾਂਗੇ ਅੱਜ ਦਾ ਕੰਮ ਆ ਮਿਸਤਰੀ ਨਾਲ ਗੱਲ ਕਰ ਲਿਆਂਗੇ ਅਤੇ ਬੱਦਲ ਬਾਈ ਤੁਸੀਂ ਦੇਖ ਸਕਦੇ ਹੋ ਕਿੰਨੇ ਕਾਲੇ ਘਟਾਵਾਂ ਚੜ੍ਹ ਕੇ ਆਈਆਂ ਹੋਈਆਂ ਅਤੇ ਚਲੋ ਜੋ ਮਨਜ਼ੂਰ ਹੈ ਰੱਬ ਨੂੰ ਅੱਜ ਅਸੀਂ ਜਾਣਾ ਪੈਪਾਂ ਪਾਉਣ ਫਿਟਿੰਗ ਕਰਨੀ ਦੁਕਾਨ 'ਤੇ ਉਹ ਵੀ ਚੱਲਾਂਗੇ ਮੀਂਹ ਆਈ ਜਾਂਦਾ ਫਿਲਹਾਲ ਤਾਂ ਉਹਦਾ ਵੀ ਫੋਨ ਆਈ ਜਾਂਦਾ ਵੀ ਆ ਜਾਓ ਤੁਸੀਂ ਦੇਖਦੇ ਹਾਂ ਚੱਲਦੇ ਹਾਂ ਉੱਥੇ ਹੀ ਪੈਪਾਂ ਪਾਵਾਂਗੇ ਲਓ ਜੀ ਕੱਲ੍ਹ ਮਿਸਤਰੀ ਸਾਫ ਕਰ ਗਈ ਛੁੱਟੀ ਅਤੇ ਤੁਹਾਨੂੰ ਮੈਂ ਦਿਖਾਵਾਂ ਕੱਲ੍ਹ ਮੀਂਹ ਤੋਂ ਬਾਅਦ ਕੀ ਕੰਮ ਕਰਿਆ ਅਤੇ ਆਹ ਦੇਖ ਸਕਦੇ ਹੋ ਤੁਸੀਂ ਇੱਥੋਂ ਆਹ ਜੋ ਕੰਧ ਹੈ ਇਹ ਛੋਟੀ ਛੋਟੀ ਸੀਗੀ ਆਹ 4-5 ਦਿਨ ਲਾ ਦਿੱਤੇ ਮੀਂਹ ਤੋਂ ਬਾਅਦ ਅਤੇ ਬਿਲਕੁਲ ਹਨੇਰਾ ਹੋ ਗਿਆ ਸੀ ਰਾਤ ਮਿਸਤਰੀ ਖੁਰਨੀਆਂ ਵਗੈਰਾ ਸਭ ਬਣਾ ਕੇ ਅਤੇ ਆਪਣੇ ਵਾਸਤੇ ਕੰਮ ਛੱਡਿਆ ਮਿਸਤਰੀ ਨੇ ਉਹ ਟੀਪ ਕਰਨੀ ਰੁਕੀ ਵਾਲੀ ਪਸ਼ੂ ਵਾਸਤੇ ਬਣਾਈ ਹੁਣ ਆਪਾਂ ਛੱਡ ਕੇ ਆਉਣੇ ਚੱਲਦੇ ਹਾਂ ਅਤੇ ਟੰਬੇ ਜੋ ਆਪਾਂ ਲੈ ਕੇ ਕਿਰਾਏ 'ਤੇ ਪਿੰਡ ਅਤੇ ਉਹਨਾਂ ਦਾ ਕੰਮ ਹੋਰ ਚੋਰ ਮਾਰ ਦੂਜੇ ਪਿੰਡ ਛੱਡ ਕੇ ਆਉਣਾ ਅਤੇ ਇਸ ਛੋਟੀ ਜਿਹੀ ਵੀਡੀਓ 5-7 ਦਿਨਾਂ ਵਿੱਚ ਇਕੱਠੀ ਕਰਕੇ ਬਣਾਈ ਉਮੀਦ ਹੈ ਤੁਹਾਨੂੰ ਵਧੀਆ ਲੱਗੂਗੀ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹੋਰ ਵੀਡੀਓ ਵਿੱਚ ਧੰਨਵਾਦ ਜੀ